ਸਤਿਕਾਰ ਜੀ ਮੈਂ ਆ ਜੀ ਤੁਹਾਡੀ ਆਪਣੀ ਕੋਮਲ ਇੱਕ ਵਾਰ ਫੇਰ ਤੋਂ ਹਾਜ਼ਰ ਆ ਜੀ ਨਵਾਂ ਨਕੋਰ ਐਪੀਸੋਡ ਲੈ ਕੇ ਹੁਣ ਤੱਕ ਤਾਂ ਤੁਹਾਨੂੰ ਮੇਰੀ ਬੀਬੀ ਤੇ ਭਾਪੇ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੋਣਾ ਕੱਲ ਪਤਾ ਕੀ ਹੋਇਆ ਕੱਲ ਮੇਰੇ ਭਾਪੇ ਨੇ ਕਰਤਾ ਮੇਰੀ ਨਾਨੀ ਨੂੰ ਫੋਨ ਕਹਿੰਦੇ ਕਿ ਮੈਂ ਤੁਹਾਡੀ ਧੀ ਤੋਂ ਦੁਖੀ ਹੋਇਆ ਪਿਆ ਮੈਂ ਨਹੀਂ ਰਹਿਣਾ ਇਹਦੇ ਨਾਲ ਮੇਰੀ ਨਾਨੀ ਪਤਾ ਕੀ ਕਹਿੰਦੀ ਕਹਿੰਦੀ ਨਾ ਪੁੱਤ ਨਾ ਮੇਰੀ ਧੀ ਤਾਂ ਬੜੀ ਬੀਬੀ ਹੈ ਇਹ ਤਾਂ ਗਊ ਹੈ ਗਊ ਮੇਰਾ ਭਾਪਾ ਕਹਿੰਦਾ ਗਊ ਤਾਂ ਹੈਗੀ ਹੈ ਪਰ ਸਿੰਘ ਮਾਰਦੀ ਹੈ ਚਲੋ ਛੱਡੋ ਹੁਣ ਆਪਾਂ ਕੰਮ ਦੀ ਗੱਲ ਕਰਦੇ ਹਾਂ ਅੱਜ ਮੈਂ ਤੁਹਾਨੂੰ ਜਿਨ੍ਹਾਂ ਦੇ ਨਾਲ ਮਿਲਵਾਉਣਾ ਹੈ ਯਾਨੀ ਕਿ ਅੱਜ ਤੁਹਾਡੀ ਜਿਨ੍ਹਾਂ ਨਾਲ ਮੈਂ ਮੁਲਾਕਾਤ ਕਰਵਾਉਣੀ ਹੈ ਨਾ ਉਹ ਹੱਸਦੇ ਹਸਾਉਂਦੇ ਰਹੋ ਦੇ ਵਿਨਰ ਰਹਿ ਚੁੱਕੇ ਨੇ ਅਤੇ ਤੁਸੀਂ ਉਹਨਾਂ ਨੂੰ ਕਪਿਲ ਸ਼ਰਮਾ ਸ਼ੋਅ ਅਤੇ ਹੋਰ ਬਹੁਤ ਸਾਰੇ ਸ਼ੋਅਜ਼ ਦੇ ਵਿੱਚ ਡਿਫਰੈਂਟ ਕਰੈਕਟਰਸ ਪਲੇ ਕਰਦੇ ਹੋਏ ਦੇਖਿਆ ਹੋਣਾ ਸੋ ਪਲੀਜ਼ ਵੈਲਕਮ ਵਨ ਆਫ ਦਾ ਬੈਸਟ ਕੋਮੇਡੀਅਨ ਜਸਵੰਤ ਸਿੰਘ ਰਾਥੌਰ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਅੱਛਾ ਜਸਵੰਤ ਜੀ ਮੈਨੂੰ ਇੱਕ ਗੱਲ ਦੱਸੋ ਮੈਂ ਨਾ ਸਭ ਤੋਂ ਪਹਿਲਾਂ ਆਹੀ ਕੁਐਸਚਨ ਪੁੱਛਣਾ ਕਿ ਤੁਹਾਡਾ ਨਾਮ ਘਰਦਿਆਂ ਨੇ ਬਸੰਤ ਨਾਲ ਰਾਈਮ ਕਰਕੇ ਰੱਖਿਆ ਵੀ ਤੁਹਾਡਾ ਜਨਮ ਬਸੰਤ ਵਾਲੇ ਦਿਨ ਹੋਇਆ ਸੀਗਾ ਵੀ ਜਸਵੰਤ ਬਸੰਤ ਬਸੰਤ ਵਾਲੇ ਦਿਨ ਨਹੀਂ ਮੇਰੇ ਆਉਣ ਨਾਲ ਬਸੰਤ ਹੋ ਗਈ ਸੀ ਵਾਹ ਜੀ ਵਾਹ ਤੁਹਾਨੂੰ ਇੱਕ ਕਿੱਸਾ ਸੁਣਾਵਾਂ ਬਸੰਤ ਦਾ ਮੈਂ ਨਾ ਮਤਲਬ ਬਸੰਤ ਸੀਗੀ ਮੈਨੂੰ ਪਤੰਗੜਾਂ ਦਾ ਬੜਾ ਸ਼ੌਂਕ ਸੀਗਾ ਮੈਂ ਚੜ ਗਈ ਕੋਠੇ ਤੇ ਨਾਲ ਦੇ ਮੇਰੇ ਗੁਆਂਢੀ ਅੰਕਲ ਵੀ ਆ ਗਏ ਉਹ ਕਹਿੰਦੇ ਚੱਲ ਮੈਂ ਤੇਰੀ ਹੈਲਪ ਕਰਦਾ ਮੈਂ ਪਤੰਗੜਾਂ ਦੀ ਟਰਾਈ ਕੀਤੀ ਇੱਕ ਵਾਰੀ ਕੀਤੀ ਨਹੀਂ ਉੜਿਆ ਦੂਈ ਵਾਰੀ ਕੀਤੀ ਨਹੀਂ ਉੜਿਆ ਅੰਕਲ ਹਾਰ ਕੇ ਥੱਲੇ ਚੱਲ ਗਏ ਮੈਂ ਕਿਹਾ ਜਦੀ ਅੰਕਲ ਚੱਲ ਗਏ ਮੇਰਾ ਪਤੰਗ ਉੜ ਗਿਆ ਮੈਂ ਕਿਹਾ ਅੰਕਲ ਉੜ ਗਿਆ ਕਹਿੰਦੇ ਮੈਂ ਨਹੀਂ ਉੜਿਆ ਪਤੰਗ ਉੜ ਗਿਆ ਐਵੇਂ ਤਾਂ ਕਿੱਸੇ ਹੁੰਦੇ ਹੀ ਰਹਿੰਦੇ ਆ ਅੱਛਾ ਸਰ ਮੈਨੂੰ ਹੁਣ ਤੁਸੀਂ ਇੱਕ ਗੱਲ ਦੱਸੋ ਕੀ ਤੁਹਾਨੂੰ ਬਚਪਨ ਵਿੱਚ ਜ਼ਿਆਦਾ ਪਿਆਰ ਕੌਣ ਕਰਦਾ ਸੀ ਤੇ ਇਹ ਵਾਲੀ ਖਾਤਰਦਾਰੀ ਕੌਣ ਕਰਦਾ ਸੀ ਪਿਆਰ ਤਾਂ ਫਿਲਮਾਂ 'ਚ ਹੀ ਦੇਖਿਆ ਖਾਤਰਦਾਰੀ ਹੋਈ ਹੈ ਜ਼ਿਆਦਾ ਖਾਤਰਦਾਰੀ ਹੋਈ ਹੈ ਕਹਿੰਦੇ ਨਾ ਮੈਂ ਸੁਣਿਆ ਕਿ ਇਹੀ ਵਰਡ ਯੂਜ਼ ਕਰਨਾ ਚਾਹੀਦਾ ਕਿਉਂਕਿ ਆ ਕੁੱਟ ਕਟਾਪਾ ਇਹ ਵਰਡ ਨਾ ਅੱਛੀ ਨਹੀਂ ਲੱਗਦੇ ਖਾਤਰਦਾਰੀ ਫੇਰ ਵੀ ਥੋੜ੍ਹਾ ਸਹੀ ਲੱਗਦਾ ਹੈ ਨਾ ਅੱਛਾ ਸਰ ਹੁਣ ਮੈਨੂੰ ਆ ਦੱਸੋ ਕਿ ਤੁਸੀਂ ਛੋਟੇ ਹੁੰਦੇ ਤੋਂ ਹੀ ਮਜ਼ਾਕ ਕੀਆ ਸੀ ਮਤਲਬ ਟੀਚਰਸ ਨਾਲ ਮਜ਼ਾਕ ਕਰਦੇ ਸੀ ਕਲਾਸ ਵਗੈਰਾ 'ਚ ਨਹੀਂ ਮੈਂ ਉਹ ਜੋ ਮੈਨੂੰ ਪੜ੍ਹਨ ਵਾਸਤੇ ਦਿੰਦੇ ਸੀ ਉਹ ਮੇਰੇ ਕੋਲ ਹੁੰਦਾ ਨਹੀਂ ਤੇ ਮਜ਼ਾਕ ਆਪ ਹੀ ਬਣ ਜਾਂਦਾ ਸੀ ਮੈਂ ਇੱਕ ਵਾਰੀ ਟਰਾਈ ਕੀਤਾ ਸੀ ਟੀਚਰ ਨਾਲ ਮਜ਼ਾਕ ਕਰਨ ਦਾ ਫਿਰ ਉਹਨਾਂ ਨੇ ਪੇਪਰਾਂ 'ਚ ਮੇਰਾ ਮਜ਼ਾਕ ਬਣਾਤਾ ਅੱਛਾ ਹੋਰ ਕੀ ਇੱਦਾਂ ਹੀ ਮਜ਼ਾਕ ਇੱਦਾਂ ਬਣਦਾ ਹੋਰ ਕੀ ਫਿਰ ਅਸੀਂ ਕਾਮੇਡੀਅਨ ਬਣ ਜਾਂਦੇ ਆ ਬਿਲਕੁਲ ਅੱਛਾ ਸਰ ਜੇ ਤੁਸੀਂ ਕਾਮੇਡੀਅਨ ਨਾ ਹੁੰਦੇ ਤਾਂ ਫਿਰ ਤੁਸੀਂ ਕੀ ਹੁੰਦੇ ਫਿਰ ਕੀ ਹੁੰਦਾ ਮੈਨੂੰ ਤਾਂ ਹਜੇ ਵੀ ਨਹੀਂ ਲੱਗਦਾ ਮੈਂ ਕਾਮੇਡੀਅਨ ਹੈਗਾ ਮੈਂ ਤਾਂ ਹਜੇ ਵੀ ਕੰਮ ਲੱਭ ਰਿਹਾ ਅੱਛਾ ਕਾਮੇਡੀਅਨ ਤਾਂ ਦੇਖੋ ਇੱਦਾਂ ਆ ਤੁਸੀਂ ਅੱਛਾ ਕਰ ਰਹੇ ਹੋ ਆਪਣੇ ਉਮਰ ਦੇ ਹਿਸਾਬ ਨਾਲ ਕਿਉਂਕਿ ਮੈਂ ਇੰਨਾ ਕੌਨਫੀਡੈਂਟ ਨਹੀਂ ਸੀਗਾ ਇਹ ਮੈਨੂੰ ਐਂ ਲੱਗਦਾ ਜਿਹੜੀ ਕਾਮੇਡੀ ਹੈ ਨਾ ਜਿਵੇਂ ਕਿਸੇ ਨੂੰ ਆਪਾਂ ਹੱਸਦੇ ਦੇਖੀਏ ਵੀ ਬਹੁਤ ਹਸਾਉਂਦਾ ਹੋਏਗਾ ਉਹ ਉਨਾ ਹੀ ਪਿੱਛੋਂ ਹੋਮਵਰਕ ਕਰਕੇ ਆਇਆ ਹੁੰਦਾ ਜ਼ਿੰਦਗੀ 'ਚ ਕਾਮੇਡੀ ਸਭ ਤੋਂ ਔਖੀ ਹੈ ਕਿਸੇ ਨੂੰ ਹਸਾਉਣਾ ਬਹੁਤ ਔਖਾ ਹੈ ਹੱਸਣਾ ਤਾਂ ਬਹੁਤ ਔਖਾ ਹੈ ਹਾ 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 ਦੋ ਮਿੰਟ ਰੋਣਾ ਬਹੁਤ ਕਿਸੇ ਨੂੰ ਮਿੰਟ ਚ ਰਵਾ ਦੋ ਉਹਦੀ ਕੋਈ ਪੁਰਾਣੀ ਗੱਲ ਯਾਦ ਕਰਕੇ ਹਾਂਜੀ ਤੇ ਅੱਜ ਕੱਲ੍ਹ ਵੈਸੇ ਵੀ ਲੋੜ ਹੈ ਹਾਸੇ ਛੱਠੇ ਦੀ ਹਾਂਜੀ ਬਹੁਤ ਲੋੜ ਹੈ ਤਾਂ ਹੀ ਤੁਹਾਡਾ ਸ਼ੋਅ ਚੱਲ ਰਿਹਾ ਨਾ ਹੱਥੇ ਹਸਾਉਂਦੇ ਹੋ ਅੱਛਾ ਸਰ ਹੁਣ ਮੈਂ ਤੁਹਾਡੇ ਤੋਂ ਕੁਝ ਕੁਐਸਚਨਸ ਪੁੱਛੂੰਗੀ ਤੁਸੀਂ ਉਹਦੇ ਆਨਸਰ ਦੇ ਅੱਛਾ ਪਹਿਲਾਂ ਕੀ ਕੀਤਾ ਪਹਿਲਾਂ ਵੀ ਆਨਸਰ ਹੀ ਦਿੱਤੇ ਨਹੀਂ ਨਹੀਂ ਹੁਣੇ ਥੋੜੇ ਅਲੱਗ ਕੁਐਸਚਨਸ ਨੇ ਠੀਕ ਹੈ ਹਾਂਜੀ ਅੱਛਾ ਪਾਇਲਟ ਹੈ ਜਿਹੜਾ ਪਾਇਲਟ ਉਹਨੂੰ ਮਸਾਲਾ ਡੋਸਾ ਕਿਉਂ ਨਹੀਂ ਪਸੰਦ ਹੁੰਦਾ ਪਾਇਲਟ ਨੂੰ ਮਸਾਲਾ ਡੋਸਾ ਮੈਨੂੰ ਤਾਂ ਇਹ ਨਹੀਂ ਪਹਿਲੀ ਵਾਰ ਪਤਾ ਲੱਗਾ ਮਸਾਲਾ ਡੋਸਾ ਮਿਲਦਾ ਅੰਦਰ ਮੈਂ ਤਾਂ ਕਿਉਂਕਿ ਜਦੋਂ ਵੀ ਆਰਡਰ ਕੀਤਾ ਪੋਹਾ ਹੁੰਦਾ ਉਹਨਾਂ ਕੋ ਜਾਂ ਆਪਣਾ ਉਪਮਾ ਜਾਂ ਉਹ ਪੁਰਾਣਾ ਠੰਡਾ ਜਿਹਾ ਸੈਂਡਵਿਚ ਮੈਨੂੰ ਅੱਜ ਪਤਾ ਲੱਗਾ ਕਿ ਮਸਾਲਾ ਡੋਸਾ ਵੀ ਮਿਲਦਾ ਫਲਾਈਟ 'ਚ ਇਹ ਕਿਹੜੀ ਫਲਾਈਟ 'ਚ ਮਿਲਦਾ ਇਹ ਬਸ ਮਿਲਦਾ ਸਾਰੀ ਫਲਾਈਟਸ 'ਚ ਮਿਲਦਾ ਤੁਸੀਂ ਨਹੀਂ ਖਾਧਾ ਹੁਣ ਇਹ 'ਚ ਮੈਂ ਅੱਛਾ ਪਾਇਲਟ ਪਸੰਦ ਨਹੀਂ ਉਹਨੂੰ ਪੰਜਾਬੀ ਹੋਣਾ ਪਾਇਲਟ ਹੋਵੇ ਨਹੀਂ ਮੈਂ ਦੱਸਦੀ ਕਿਉਂਕਿ ਉਹਨੂੰ ਪਲੇਨ ਪਸੰਦ ਹੈ ਪਲੇਨ ਉੜਦਾ ਨਹੀਂ ਅੱਛਾ ਹਾਂਜੀ ਕੀ ਬਾਤ ਹੈ ਇੱਕ ਹੋਰ ਕੁਐਸਚਨ ਅਗਰ ਤੁਸੀਂ ਚਾਹ ਪੀ ਰਹੇ ਹੋ ਤਾਂ ਉਹਦੇ ਵਿੱਚ ਤੁਹਾਡਾ ਬਾਲ ਗਿਰ ਗਿਆ ਗਲਤੀ ਨਾਲ ਇੱਕ ਤਾਂ ਤੁਹਾਡੇ ਇੰਨੇ ਘੁੰਗਰਾਲੇ ਬਾਲ ਹੈ ਜਿਹਦੇ ਵਿੱਚ ਗਿਰ ਗਿਆ ਤਾਂ ਤੁਸੀਂ ਉਹ ਚਾਹ ਨੂੰ ਕੀ ਕਹੋਗੇ ਚਾਹ ਦੇ ਵਿੱਚ ਬਾਲ ਗਿਰ ਗਿਆ ਕੀ ਕਹੋਗੇ ਮੈਂ ਕਹੂੰਗਾ ਲੈ ਜਾਓ ਚੱਕ ਕੇ ਜਾ ਦੇਖੋ ਇਹ ਵੀ ਗੱਲ ਹੈ ਇਹ 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 ਉਹਨਾਂ ਡਿਪੈਂਡ ਕਰਦਾ ਸਮੇਂ ਤੇ ਬੰਦੇ ਤੇ ਹੁਣ ਦੇਖੋ ਘਿਓ ਹੁੰਦਾ ਦੇਸੀ ਘਿਓ ਦੇਸੀ ਘਿਓ 'ਚ ਦੇਸੀ ਘਿਓ 'ਚ ਮੱਖੀ ਗਿਰ ਜਾਵੇ ਆਪਾਂ ਕੀ ਕਰਦੇ ਹਾਂ ਮੱਖੀ ਸੁੱਟ ਦਿੰਦੇ ਨਾ ਬਾਹਰ ਜੇ ਚਾਹ 'ਚ ਗੁੜ ਜਾਓ ਚਾਹ ਸੁੱਟ ਦਿੰਦੇ ਹਾਂ ਵੈਲਿਊ 'ਚ ਵੈਲਿਊ ਨੇ ਸਮਾਨ ਦੀ ਹੁੰਦੀ ਆ ਮੱਖੀ ਦੀ ਨਹੀਂ ਹੈਗੀ ਅੱਛਾ ਹੁਣ ਆਪਾਂ ਕੁਐਸਚਨ ਤੋਂ ਸਾਈਡ ਤੇ ਆ ਗਿਆ ਬਟ ਇਹਦਾ ਮੈਂ ਆਨਸਰ ਦੱਸਾਂ ਇਹਦਾ ਆਨਸਰ ਹੈ ਬਾਲਟੀ ਬਾਲਟੀ ਨਵੀਆਂ ਚੀਜ਼ਾਂ ਪਤਾ ਲੱਗ ਰਹੀਆਂ ਅੱਜ ਮੈਨੂੰ ਮੇਰੇ ਨਾਲ ਰਹਿ ਕੇ ਤੁਹਾਨੂੰ ਨਵੀਆਂ ਚੀਜ਼ਾਂ ਹੀ ਪਤਾ ਲੱਗ ਰਹੀਆਂ ਸਰ ਅੱਛਾ ਸਰ ਤੁਹਾਡੇ ਬਾਲ ਇੰਨੇ ਘੁੰਗਰਾਲੇ ਇਹਨਾਂ 'ਚ ਕਦੇ ਜੂਆਂ ਪਈਆਂ ਇਹਦੇ 'ਚ ਹੁਣ ਤੁਸੀਂ ਕਹਿ ਰਹੇ ਹੁਣ ਨਾਰਾਜ਼ ਹੋ ਜਾਣਾ ਉਹ ਮੈਂ ਜਗ੍ਹਾ ਵੀ ਰੱਖੀ ਹੋਈ ਹੈ ਪਿੱਛੇ ਆ ਦੇਖੋ ਆ ਜਿਹੜੀ ਹੈ ਨਾ ਤਾਂ ਹੀ ਰੱਖੀ ਹੋਈ ਹੈ ਕਿ ਜੇ ਕੋਈ ਬੋਰ ਹੋਵੇ ਤਾਂ ਤੂੰ ਜਾ ਸਕਦੀ ਹੈ
ਮੈਨੂੰ ਘਰੇ ਆਹੀ ਸੋਚ ਰਹੀ ਸੀ ਜੇ ਤੁਹਾਡੇ ਵਾਲਾ ਚ ਜੂਆ ਹੋਣ ਬਾਈ ਚਾਂਸ ਤੇ ਉਹਨਾਂ ਨੂੰ ਰਸਤਾ ਕਿੱਦਾਂ ਲੱਭੇਗਾ ਪਹਿਲਾਂ ਤਾਂ ਨਹੀਂ ਸੀਗੀਆਂ ਹੁਣ ਮੈਂ ਤੁਹਾਡੇ ਸ਼ੋਅ ਚ ਆਇਆ ਤੁਹਾਡੇ ਤੋਂ ਨਾ ਪੈ ਜਾਣ ਮੈਨੂੰ ਆ ਡਰ ਹੈ ਅੱਛਾ ਸਰ ਜੀ ਮਸਤ ਕਿਉਂਕਿ ਮੈਂ ਜੂਆ ਵਰਡ ਬੜੀ ਦੇਰ ਬਾਅਦ ਸੁਣਿਆ ਕਿਉਂਕਿ ਉਹ ਮੈਂ ਹੁਣ ਕਿਉਂਕਿ ਮੈਨੂੰ ਐਂ ਲੱਗਦਾ ਖਤਮ ਹੀ ਹੋ ਗਿਆ ਪਹਿਲਾਂ ਆਉਂਦਾ ਨਾ ਟੀਵੀ ਤੇ ਐਡ ਮੈਂ ਟੀਕਰ ਸੰਡੇ ਕੇ ਸੰਡੇ ਤੇ ਉਹ ਜਦੋਂ ਐਂ ਕੱਟਦੇ ਹੁੰਦੇ ਸੀ ਤੇ ਫੜ ਕੇ ਬਹਿ ਜਾਣਾ ਮੰਮੀ ਨੇ ਤੇ ਤੁਹਾਡੇ ਤੋਂ ਕਈ ਸਾਲਾਂ ਬਾਅਦ ਸੁਣਿਆ ਥੈਂਕ ਯੂ ਵੀ ਜੂਆ ਵੀ ਹੈਗੀਆਂ ਪੰਜਾਬ 'ਚ ਸਰ ਮੈਨੂੰ ਇੱਕ ਗੱਲ ਪਤਾ ਹੈ ਵੈਸੇ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਤੁਸੀਂ ਮਿਮਿਕਰੀ ਬਹੁਤ ਵਧੀਆ ਕਰਦੇ ਨੇ ਤੇ ਤੁਹਾਨੂੰ ਬਿਨਾਂ ਮਿਮਿਕਰੀ ਕਰੇ ਮੈਂ ਜਾਣ ਦਵਾਂ ਇੱਦਾਂ ਹੋ ਹੀ ਨਹੀਂ ਸਕਦਾ ਸਰ ਹੁਣ ਤੁਸੀਂ ਮੈਨੂੰ ਮਿਮਿਕਰੀ ਕਰਕੇ ਦਿਖਾਈ ਹੈ ਪਰ ਟਵਿਸਟ ਹੈ ਟਵਿਸਟ ਇਹ ਹੈ ਕਿ ਮੈਂ ਤੁਹਾਨੂੰ ਸਿਚੁਏਸ਼ਨਸ ਦਊਂਗੀ ਉਸ ਹਿਸਾਬ ਨਾਲ ਮਿਮਿਕਰੀ ਕਰਨੀ ਹੈ ਅੱਛਾ ਸਿਚੁਏਸ਼ਨ ਚਲੋ ਟਰਾਈ ਕਰਦੇ ਹਾਂ ਐਕਸੈਪਟ ਕਰ ਦਿਓ ਚੈਲੰਜ ਕਰ ਲੈਣੇ ਹੁਣ ਕਮਲੀ ਸ਼ੋਅ ਜਾਏ ਆ ਠੀਕ ਹੈ ਤਾਂ ਪਹਿਲੀ ਸਿਚੁਏਸ਼ਨ ਇਹ ਹੈ ਕਿ ਜੇ ਬਾਈ ਚਾਂਸ ਅਮਿਤਾਭ ਬੱਚਨ ਜੀ ਦੇ ਪਿੱਛੇ ਪੈ ਗਏ ਕੁੱਤੇ ਤਾਂ ਉਹ ਕਿੱਦਾਂ ਰਿਐਕਟ ਕਰੂਗਾ ਪਿੱਛੇ ਪੈ ਗਏ ਕੁੱਤੇ ਹੁਣ ਬੱਚਨ ਸਾਹਿਬ ਬਹੁਤ ਪੜ੍ਹੇ ਲਿਖੇ ਬੰਦੇ ਆ ਬਟ ਜਦੋਂ ਕੁੱਤਾ ਸਾਹਮਣੇ ਆ ਜਾਵੇ ਭੌਂਕਦਾ ਵੱਢਣ ਲਈ ਫਿਰ ਐਕਸਕਿਊਜ਼ ਵੀ ਨਹੀਂ ਆਉਂਦਾ ਫਿਰ ਹਟ ਤੇਰੀ ਉਹੀ ਆਉਂਦਾ ਨਾ ਅਤੇ ਜਿਵੇਂ ਉਹ ਜਾ ਰਹੇ ਅਮਿਤਾਭ ਬੱਚਨ ਔਰ ਰਿਸ਼ਤੇ ਮੈਂ ਤਾਂ ਤੁਹਾਡੇ ਬਾਪ ਲਗਤੇ ਹੈ ਨਾਮ ਹੈ ਵਾਹ ਵਾਹ ਅਰੇ ਭਈਆ ਪੈਸੇ ਦੇਖ ਬੈਕ 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 ਮੈਂ ਦੇਖੋ ਜੋ ਕਿ ਪੈਸਾ ਨਹੀਂ ਹੈ ਕਿ ਮੈਂ ਦੇਖੋ ਮੈਂ ਕੁੱਤੋਂ ਸੇ ਬਹੁਤ ਪਿਆਰ ਕਰਤਾ ਹੂੰ ਐਕਚੁਲੀ ਜੋ ਤੇਰੀ ਮਿਹਰਬਾਨੀ ਹੈ ਉਸਮੇਂ ਪਹਿਲੇ ਮੈਂ ਹੀ ਥਾ ਲੇਕਿਨ ਕਿਆ ਹੈ ਕਿ ਜੈਕੀ ਨਾਮ ਕੁੱਤੋਂ ਸੇ ਮਿਲਤਾ ਇਸੀ ਲਈ ਮੈਂ ਉਸਕੋ ਦੇ ਦਿਆ ਲੇਕਿਨ ਕਾਟਣਾ ਨਹੀਂ ਭਈਆ ਮੈਂ ਬਹੁਤ ਵਾਹ ਜੀ ਵਾਹ ਅੱਛਾ ਸੈਕਿੰਡ ਸਿਚੁਏਸ਼ਨ ਕਿ ਜੇ ਮੈਂ ਤੁਹਾਨੂੰ ਕੁਝ ਐਕਟਰਸ ਦੇ ਨੇਮ ਲਊਂਗੀ ਜੇ ਉਹ ਐਕਟਰ ਨਾ ਹੁੰਦੇ ਸਬਜ਼ੀ ਵੇਚਦੇ ਹੁੰਦੇ ਉਹ ਕਿੱਦਾਂ ਵੇਚਦੇ ਸਭ ਤੋਂ ਪਹਿਲਾ ਹੈਗੇ ਅਮਰੀਸ਼ ਪੁਰੀ ਜੀ ਉਹ ਕਿੱਦਾਂ ਸਬਜ਼ੀ ਵੇਚਦੇ ਅਰੇ ਭਾਈ ਇਹ ਮੰਡੀ ਮੇ ਜਿਤਨੇ ਵੀ ਆਸ ਪਾਸ ਸਬਜ਼ੀ ਵਾਲੇ ਹੈ ਸਾਰੀ ਸੜੀ ਗਲੀ ਸਬਜ਼ੀ ਵੇਚਤੇ ਹੈ ਇਸੀ ਲਈ ਕਮ ਦਾਮੋ ਮੇ ਸਬਜ਼ੀ ਚਾਹੀਏ ਤੋ ਮੇਰੇ ਪਾਸ ਆਨਾ ਨਹੀਂ ਤੋ ਲਿਫਾਫਾ ਫਾੜ ਦੂੰਗਾ ਤੁਮ ਲੋਗੋ ਕਾ ਲਿਫਾਫਾ ਵੈਸੇ ਵੀ ਬੈਨ ਹੈ ਵਾਹ ਜੀ ਵਾਹ ਤੇ ਜੇ ਮਿਥੁਨ ਜੀ ਵੇਚਦੇ ਹੁੰਦੇ ਸਬਜ਼ੀ ਅਰੇ ਅਰੇ ਤੇਰੀ ਜਾਤ ਕਾ ਬਰਦਾ ਮਾਰੂ ਹਾਂ ਅਰੇ ਬਟਾਟਾ ਲੋ ਬਟਾਟਾ ਐਸਾ ਹੈ ਇਧਰ ਆ ਬਈ ਅਬੇ ਕਿਧਰ ਜਾ ਰਹਾ ਹੈ ਕਿਤਨਾ ਪੈਸਾ ਹੈ ਤੇਰੇ ਪਾਸ ਨਹੀਂ ਹੈ ਇਹ ਸਬਜ਼ੀ ਉਠਾ ਉਠਾ ਕੇ ਨੀਚੇ ਰੱਖ ਅਬ ਚਲ ਭਾਗ ਅਰੇ ਲਗਨਾ ਚਾਹੀਏ ਕਿ ਗ੍ਰਾਹਕ ਹੈ ਦੁਕਾਨ ਪੇ ਠੀਕ ਹੈ ਐਸਾ ਬਾਤ ਨਹੀਂ ਹੈ ਗਰੀਬ ਆਦਮੀ ਕੋ ਮੈਂ ਤੰਗ ਨਹੀਂ ਕਰਤਾ ਵਾਹ ਜੀ ਵਾਹ ਅੱਛਾ ਜੇ ਤਾਰਾ ਸਿੰਘ ਜੀ ਤੋਂ ਟੀਚਰ ਪੋਇਮ ਸੁਣੇ ਤਾਂ ਕਿੱਦਾਂ ਸੁਣਾਉਂਗੇ ਪੋਇਮ ਦਾਰਾ ਸਿੰਘ ਤੋਂ ਹਾਂਜੀ ਅੱਛਾ ਟੀਚਰ ਨੇ ਕਿਹਾ ਦਾਰਾ ਖੜੇ ਹੋ ਜਾਓ ਜੈ ਸ਼੍ਰੀ ਰਾਮ ਚਲੋ ਲੋਮੜੀ ਕੈਸੇ ਸੁਣਾਓ ਬਈ ਮੈਨੇ ਅੰਗਰੇਜ਼ੀ ਮੇਂ ਲਿਖਾ ਹੈ ਵੋ ਸੁਣ ਲੀਜੀਏ ਬਾਂਸ ਦੇਰ ਬਾਜੇ ਲੋਮੜੀ ਸ਼ੀ ਵਾਜ ਵੈਰੀ ਹੰਗਰੀ ਆਈ ਵਾਜ ਗਿਆ ਨਿਕਾਲਨੇ ਸ਼ੀ ਵਾਜ ਆਕੜ ਪਈ ਆਈ ਸੇ ਨਿਕਲ ਬਾਹਰ ਸ਼ੀ ਸੇ ਨਹੀਂ ਨਿਕਲਣਾ ਆਈ ਵਾਜ ਨੇ ਡੰਡਾ ਮਾਰਾ ਸ਼ੀ ਵਾਜ ਮਰ ਗਈ ਲੋਮੜੀ ਮੇਰੇ ਖੇਤੋਂ ਮੈਂ ਕਿਉਂ ਆਈ ਨਾ ਜਾਤੀ ਆਤੀ ਨਾ ਜਾਨ ਸੇ ਜਾਤੀ ਜੈ ਸ਼੍ਰੀ ਰਾਮ ਵਾਹ ਜੀ ਵਾਹ ਤੇ ਜੇ ਸੰਨੀ ਦਿਓਲ ਜੀ ਸੁਣਾਣ ਪੋਇਮ ਪੋਇਮ ਚੁੰਨੂ ਮੁੰਨੂ ਥੇ ਤੋ ਭਾਈ ਰਸਗੁੱਲੇ ਪਰ ਹੋਈ ਲੜਾਈ ਓਏ ਚੁੰਨੂ ਬੋਲਾ ਮੈਂ ਲੂੰਗਾ ਮੁੰਨੂ ਬੋਲਾ ਕਭੀ ਨਾ ਦੂੰਗਾ ਝਗੜਾ ਸੁਣ ਕੇ ਮੰਮੀ ਆਈ ਦੋਨੋਂ ਕੀ ਚਾਪਲ ਲਗਾਈ ਆਧਾ ਲੈ ਤੂੰ ਚੁੰਨੂ ਬੈਠਾ ਆਧਾ ਲੈ ਤੂੰ ਮੁੰਨੂ ਬੈਠਾ ਐਸਾ ਝਗੜਾ ਕਭੀ ਨਾ ਕਰਨਾ ਦੋਨੋਂ ਮਿਲ ਕਰ ਪ੍ਰੇਮ ਸੇ ਰਹਿਣਾ ਕਿਉਂਕਿ ਆਪਣੇ ਤੋਂ ਆਪਣੇ ਹੋਤੇ ਹੈ ਵਾਹ ਜੀ ਵਾਹ ਅੱਛਾ ਜੇ ਸੁਨੀਲ ਸ਼ੈਟੀ ਜੀ ਉਹ ਤੁਹਾਡੇ ਫੇਵਰੇਟ ਹੈ ਮੈਨੂੰ ਪਤਾ ਜੇ ਉਹ ਪੰਜਾਬੀ ਬੋਲਣ ਜੇ ਪੰਜਾਬੀ ਬੋਲਣ ਅੱਜ ਸਤਿ ਸ਼੍ਰੀ ਅਕਾਲ ਲੋਕਾਂ ਨੂੰ ਲੱਗਦਾ ਕਿ ਮੈਨੂੰ ਪੰਜਾਬੀ ਨਹੀਂ ਆਉਂਦੀ ਲੇਕਿਨ ਮੈਂ ਅੱਜ ਕਮਲੀ ਸ਼ੋਅ 'ਚ ਆਇਆ ਅਤੇ ਤੁਸੀਂ ਇਹ ਨਾ ਸਮਝੋ ਕਿ ਮੈਂ ਕਮਲੀ ਮਾਰਿਆ ਮੈਨੂੰ ਵਾਕਈ ਪੰਜਾਬੀ ਆਉਂਦੀ ਹੈ ਮੈਂ ਉਹਨੇ ਉਹਨੇ ਗਾਣਾ ਸੁਣ ਰਿਹਾ ਸੀਗਾ ਬੱਗੇ ਬਿੱਲੇ ਬੱਗਿਆਂ ਦਾ ਕੀ ਕਰੇਂਗੀ ਬਿੱਲੋ ਬੱਲੇ ਬੱਗਿਆਂ ਦਾ ਕੀ ਕਰੇਂਗੀ ਮੇਰਾ ਰਾਮ ਮਾਰਦਾ ਖੂਨ ਕਿਆ ਕਿਆ ਉਸਕਾ ਵਰਡ ਕਿਆ ਮੈਂ ਥੋੜ੍ਹਾ ਭੁੱਲ ਰਹਾ ਹਾਂ ਪੰਜਾਬੀ ਨਹੀਂ ਨਹੀਂ ਸਟਾਰਟ ਕੀਆ ਠੀਕ ਹੈ ਥੈਂਕ ਯੂ ਸੋ ਮਚ ਔਰ ਸਾਰਿਆਂ ਨੂੰ ਮੈਂ ਇੱਕੋ ਗੱਲ ਕਹਿੰਦਾ ਕਿ ਕਮਲੀ ਸ਼ੋਅ ਦੇਖੋ ਕਿਉਂਕਿ ਲੜਕੀ ਬੜੀ ਕਮਲੀ ਹੈ ਜਿਹੜਾ ਸ਼ੋਅ ਨਾ ਦੇਖਿਆ ਸੱਚੀ ਕਮਲੀ ਨਾ ਹੋ ਜਾਏ ਸਰ ਜੀ ਉੱਤੇ ਕੀ ਫਿੱਟ ਕੀਤਾ ਹੋਇਆ ਮੈਨੂੰ ਵੀ ਦੇ ਦਿਓ ਕੁਛ ਨਹੀਂ ਫਿੱਟ ਤਾਂ ਕੁਛ ਨਹੀਂ ਕੀਤਾ ਹੈ ਕਿਵੇਂ ਕਰ ਲੈਂਦੇ ਹੋ ਤੁਸੀਂ ਇੰਨੀ ਸੋਹਣੀ ਆਵਾਜ਼ਾਂ ਮਤਲਬ ਇੱਕਦਮ ਐਗਜ਼ੈਕਟ ਮਤਲਬ ਜੇ ਮੈਂ ਅੱਖਾਂ ਬੰਦ ਕਰਕੇ ਸੁਣਾ ਨਾ ਮੈਨੂੰ ਤਾਂ ਸੱਚੀ ਲੱਗੇਗਾ ਮੇਰੇ ਨਾਲ ਉਹੀ ਬੈਠੇ ਨੇ ਉਹੀ ਐਕਟਰ ਬੈਠੇ ਨੇ ਇਹ ਬਸ ਐਵੇਂ ਹੀ ਬਸ ਜਿਵੇਂ ਕਹਿ ਲਓ ਉਨੇ ਸ਼ਿੱਦਤ ਨਾਲ ਸ਼ੌਂਕ ਨਾਲ ਫਿਲਮਾਂ ਦੇਖਦੇ ਸੀ ਨਾ ਜਿਵੇਂ ਕਹਿ ਲਓ ਕਿ ਤੁਸੀਂ ਪਿਆਰ ਮੁਹੱਬਤ 'ਚ ਬਹੁਤ ਤਾਕਤ ਹੈ ਮੈਂ ਇਹਨਾਂ ਨੂੰ ਪਿਆਰ ਬੜਾ ਕਰਦਾ ਫਿਲਮੀ ਐਕਟਰਾਂ ਨੂੰ ਐਂਟਰਟੇਨ ਅਤੇ ਜ਼ਿੰਦਗੀ 'ਚ ਜਦੋਂ ਮਾੜਾ ਟਾਈਮ ਵੀ ਆਇਆ ਕਦੇ ਫੀਲ ਨਹੀਂ ਹੋਇਆ ਇਹਨਾਂ ਕਰਕੇ ਐਂ ਲੱਗਦਾ ਕਿ ਯਾਰ ਇਹ ਚੀਜ਼ਾਂ ਖੁਸ਼ੀ ਦਿੰਦੀਆਂ ਸੀ ਅਤੇ ਉਹੀ ਫਿਰ
ਅੱਜ ਉਹੀ ਖੁਸ਼ੀਆਂ ਆਪਾਂ ਵੰਡ ਰਹੇ ਹਾਂ। ਅੱਛਾ ਸਰ, ਮੈਨੂੰ ਹੁਣ ਹੋਰ ਮਿਮਿਕਰੀ ਕਰਕੇ ਦਿਖਾਓ, ਠੀਕ ਹੈ। ਅੱਛਾ ਜੇ ਸੋਚੋ, ਮੈਂ ਕੁਝ ਐਕਟਰਸ ਦੇ ਨਾਮ ਲਊਂਗੀ, ਜੇ ਉਹ ਨਿਊਜ਼ ਰਿਪੋਰਟਰ ਹੁੰਦੇ। ਅੱਛਾ, ਤਾਂ ਉਹ ਕਿੱਦਾਂ, ਮਤਲਬ ਕਿੱਦਾਂ ਨਿਊਜ਼ ਸਾਨੂੰ ਬੋਲ ਕੇ ਦੱਸਦੇ, ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਦੱਸੋ, ਸ਼ਤਰੂਗਨ ਸਿਨਹਾ ਜੀ। ਆ ਜਲੀ ਕੋ ਆ ਕਹਤੇ ਹੈ, ਬੁਜੀ ਕੋ ਰਾ ਕਹਤੇ ਹੈ, ਔਰ ਜੋ ਨਿਊਜ਼ ਆਪ ਦੇਖ ਰਹੇ ਹੈ उसको खाक कहते हैं। खाक की न्यूज नहीं है, चलो भागो यहाँ से। सन्नाटे को चीरती सनसनी सुन्न कर देती है इंसान को। चैन से सोने तो जाग जाओ, बैंक से लोन लो और भाग जाओ। अबे भाग तेरी, तू तो मेनू भजा देना सी। मैं ही तो चाहया सेगा, तू तो समझी ही नहीं कुड़ी। मैं जा भैया। अच्छा जी, मेर मित्तल जी। हाँ, मेर मित्तल जी वो न्यूज दे। हमारे कुकड़ते पाते मोछे। मैं कभी गल ऐदा ਵੀ ਖਬਰਾਂ ਦਾ ਬੁਲੇਟਿਨ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮਿੰਟ, ਸਾਰਿਆਂ ਨੂੰ ਮੈਂ ਚਾਹ ਕਿਹਾ ਸੀ, ਚਾਹ ਨਹੀਂ ਲਿਆਂਦੀ ਹੋਏ, ਕਿੱਥੇ ਗਈ? ਵੀ ਜਦ ਤੱਕ ਚਾਹ ਨਾ ਆਵੇ, ਤੈਨੂੰ ਪਤਾ ਆਪਣੇ ਤਾਂ ਪਿੰਡ ਵਾਲੇ ਦੀ ਆਦਤ, ਵੀ ਚਾਹ ਇੰਨੀ ਪੀਂਦੇ ਆ ਵੀ ਆ ਕੇ ਬੰਦਾ ਕਹਿੰਦਾ ਵੀ ਚਾਹ ਚੂਹ ਧਰ ਲਓ, ਕੋਈ ਆ ਹੀ ਜਾਂਦਾ ਹੈ, ਵੀ ਫੜਿਓ ਚਾਹ ਬਣ ਜਾਂਦੀ ਆ, ਕਹਿੰਦੇ ਚਾਹ ਪੀ ਲਓ, ਫਟਾਫਟ ਕੋਈ ਆ ਹੀ ਨਾ ਜਾਵੇ। ਲੈ ਵੀ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਚਾਹ ਬ੍ਰੇਕ ਲੈਂਦੇ ਆ, ਖਬਰਾਂ ਤਾਂ ਚੱਲਦੀਆਂ ਨਹੀਂ, ਚਾਹ ਪੀਏ ਪਹਿਲਾਂ ਗੱਲ ਹੀ ਬਾਤ ਨਹੀਂ। ਅੱਜ ਸਾਡੇ ਨਾਲ ਮੌਜੂਦ ਨੇ ਜਸਵੰਤ ਸਿੰਘ ਰਾਠੌਰ ਜੀ। ਤੁਸੀਂ ਏਦਾਂ ਮੂੰਹ ਬਣਾਇਆ ਰਾਠੌਰ ਜੀ, ਗ੍ਰੇਟ ਖਲੀ ਬੈਠਾ ਹੁੰਦਾ ਹੁੰਦਾ। ਤੁਹਾਡਾ ਨਾਮ ਰਾਜੇ ਮਹਾਰਾਜੇ ਵਾਲਾ ਹੈ, ਮਤਲਬ ਘਰ ਦੇ ਨਹੀਂ ਸੋਚ ਕੇ ਰੱਖਿਆ ਸੀ ਵੀ ਮੇਰਾ ਨਾਮ ਹੌਲੀ 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 ਬਣੂਗਾ? ਹੌਲੀ ਹੌਲੀ ਬਣਿਆ, ਪਹਿਲਾਂ ਪਿੰਟੂ ਸੀਗਾ, ਫਿਰ ਜਸਵੰਤ, ਫਿਰ ਜਸਵੰਤ ਸਿੰਘ, ਫਿਰ ਜਸਵੰਤ ਸਿੰਘ ਰਾਠੌਰ। ਅੱਛਾ, ਹੌਲੀ ਹੌਲੀ ਹੋਇਆ। ਵਾਹ ਜੀ ਵਾਹ। ਅੱਛਾ ਸਰ, ਸਾਨੂੰ ਪਤਾ ਹੈ ਕਿ ਤੁਸੀਂ ਸੁਨੀਲ ਸ਼ੈੱਟੀ ਜੀ ਦੇ ਕਿੰਨੇ ਵੱਡੇ ਫੈਨ ਹੋ, ਹੈ ਨਾ? ਅਤੇ ਜਦੋਂ ਉਹਨਾਂ ਨੂੰ ਤੁਸੀਂ ਪਹਿਲੀ ਵਾਰੀ ਮਿਲੇ ਸੀ, ਤਾਂ ਮਤਲਬ ਕਿਵੇਂ ਦਾ ਲੱਗਿਆ ਸੀ ਤੁਹਾਨੂੰ? ਵਧੀਆ, ਬਹੁਤ, ਮਤਲਬ ਉਹ ਤਾਂ ਐਕਸਪਲੇਨ ਨਹੀਂ ਕਰ ਸਕਦੇ, ਕਿਉਂਕਿ ਜਦੋਂ ਜਿਹਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ ਨਾ, ਅਤੇ ਆਪਾਂ ਗਏ ਵੀ ਲੁਧਿਆਣੇ ਗਲੀ ਮੁਹੱਲੇ 'ਚੋਂ ਨਿਕਲ ਕੇ ਇਹੀ, ਹੈ ਨਾ, ਵੀ ਸੀ ਆਰ 'ਤੇ ਦੇਖਦੇ ਹੁੰਦੇ ਸੀ ਕੇਬਲ ਟੀ ਵੀ 'ਤੇ ਉਹਨਾਂ ਦੀਆਂ ਫਿਲਮਾਂ। ਜਦੋਂ ਓਰੀਜਨਲ ਮਿਲੇ, ਮੈਂ ਜਦ ਕਿ ਕੰਮ ਕਰ ਵੀ ਚੁੱਕਾ ਸੀ ਕਾਫੀ, ਬਟ ਮੈਨੂੰ ਇੱਦਾਂ ਨਹੀਂ ਫੀਲ ਹੋਇਆ ਕਿ ਮੈਂ ਐਜ਼ ਆ ਆਰਟਿਸਟ ਮਿਲ ਰਿਹਾ। ਮੈਨੂੰ ਐ ਉਹ ਯਾਦ ਰਿਹਾ ਬੱਚਾ ਪਿੰਟੂ, ਜਿਹੜਾ ਉਹਦਾ ਫੈਨ ਸੀਗਾ, ਅਤੇ ਉਹੀ ਫੀਲ ਹੋਇਆ। ਮੈਂ ਅੱਜ ਵੀ ਉਹਨਾਂ ਨੂੰ ਉਹੀ, ਮੇਰਾ ਕਰੇਜ਼ ਉਹਨਾਂ ਪ੍ਰਤੀ ਉਹੀ ਹੈ, ਕਿਉਂਕਿ ਮੈਨੂੰ ਐਂ ਲੱਗਦਾ ਜਿਵੇਂ ਕਹਿੰਦਾ ਨਾ ਵੀ ਬਚਪਨ ਕਦੇ ਜਾਣਾ ਨਹੀਂ ਚਾਹੀਦਾ ਬੰਦੇ ਅੰਦਰੋਂ, ਅਤੇ ਉਹਦੇ ਲਈ ਜ਼ਰੂਰੀ ਹੁੰਦਾ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਬਚਪਨ 'ਚ ਯਾਦ ਰਹਿੰਦੀਆਂ, ਜਿਹਨੂੰ ਤੁਸੀਂ ਪਿਆਰ ਕਰਦੇ, ਉਹਨਾਂ ਨੂੰ ਉੱਦਾਂ ਹੀ ਰਹੋ। ਅਤੇ ਮੇਰਾ ਉਹ ਬਚਪਨ ਦਾ ਹੀਰੋ ਹੈ, ਅਤੇ ਅੱਜ ਵੀ ਮੇਰਾ ਹੀਰੋ ਹੈ, ਅਤੇ ਇਸ ਕਰਕੇ ਮੇਰੇ ਅੰਦਰਲਾ ਬੱਚਾ ਗਿਆ ਨਹੀਂ, ਅਤੇ ਉਹ ਮੈਨੂੰ ਫਾਇਦਾ ਦਿੰਦਾ, ਅਤੇ ਇਹ ਉਹ ਇਸ ਕਰਕੇ ਉਹ ਭੁੱਲਦਾ ਨਹੀਂ। ਸੁਨੀਲ ਸ਼ੈੱਟੀ ਸਾਹਿਬ ਜਦੋਂ ਪਹਿਲੀ ਵਾਰ ਮਿਲਿਆ ਸੀ, ਅਤੇ ਖੈਰ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਮੇਰਾ ਫੈਨ ਆ ਰਿਹਾ ਕੋਈ, ਉਹਨੂੰ ਇਹ ਨਹੀਂ ਪਤਾ ਕਿ ਮੈਂ ਹਾਂ, ਉਦੋਂ ਤੱਕ ਮੈਂ ਟੀ ਵੀ 'ਚ ਆ ਚੁੱਕਾ ਸੀ, ਅਤੇ ਉਹਨਾਂ ਨੂੰ ਦੇਖਿਆ, ਮੈਨੂੰ ਇਗਨੋਰ ਕੀਤਾ ਸੀ ਪਹਿਲਾਂ, ਦੇਖਿਆ ਨਾ ਫਸਟ, ਵੀ ਉਹਨੂੰ ਲੱਗਾ ਇਹੋ ਹੀ ਬੰਦਾ ਮੇਰੀ ਆਵਾਜ਼ ਕੱਢਦਾ। ਫਿਰ ਮੈਂ ਜਾ ਕੇ ਉਹਨਾਂ ਕੋਲ ਆਸ਼ੀਰਵਾਦ ਲਿਆ, ਅਤੇ ਫਿਰ ਉਹਨਾਂ ਨੇ ਇੱਕ ਐਲਬਮ ਸੀ ਮੈਂ ਬਣਾਈ ਬਚਪਨ 'ਚ, ਹਾਂਜੀ ਹਾਂਜੀ ਮੈਨੂੰ ਪਤਾ, ਉਹ ਮੈਂ ਉਹ ਦਿਖਾਈ ਸੀ ਉਹਨਾਂ ਨੂੰ। ਫਿਰ ਉਹਨੇ ਮੈਨੂੰ ਘਰ ਬੁਲਾਇਆ, ਅਤੇ ਘਰ ਉਹਨਾਂ ਦੀ ਫੈਮਿਲੀ ਨੇ ਵੀ ਦੇਖੀ ਸਾਰਿਆਂ ਨੇ, ਅਤੇ ਬਸ ਉਹ ਅੱਜ ਤੱਕ ਉਹਨਾਂ ਨਾਲ ਮੇਰਾ ਪਿਆਰ ਹੈ, ਫੈਮਿਲੀ ਰਿਲੇਸ਼ਨ ਹੈ, ਉਹਨਾਂ ਦਾ ਬੜੱਪਨ ਹੈ, ਹੈ ਨਾ, ਕਿਉਂਕਿ ਮੈਂ ਤੱਕ ਫੈਨ ਹੀ ਹੈ, ਹੋਰ ਵੀ ਬੜੇ ਹਜ਼ਾਰਾਂ ਕਰੋੜਾਂ ਫੈਨ ਉਹਨਾਂ ਦੇ, ਬਟ ਮੈਨੂੰ ਇੱਜ਼ਤ ਦਿੱਤੀ ਉਹਨਾਂ ਨੇ, ਉਹਨਾਂ ਦਾ ਬੜੱਪਨ ਹੈ। ਅੱਛਾ ਸਰ, ਸੁਨੀਲ ਸ਼ੈੱਟੀ ਜੀ ਹੀ ਕਿਉਂ, ਹੋਰ ਵੀ ਇੰਨੇ ਸਾਰੇ ਐਕਟਰਸ ਨੇ, ਹੈ ਨਾ, ਬਾਲੀਵੁੱਡ 'ਚ ਪੋਲੀਵੁੱਡ 'ਚ, ਸਿਰਫ ਸੁਨੀਲ ਸ਼ੈੱਟੀ ਜੀ ਕਿਉਂ? ਕਿਉਂਕਿ ਮੈਂ ਉਹਨਾਂ ਦਿਨਾਂ 'ਚ ਕੀ ਆ ਵੀ ਮੈਨੂੰ ਜਿਵੇਂ ਛੋਟੇ ਹੁੰਦੇ ਨਾ, ਬੱਚਿਆਂ ਦੇ ਐਕਸ਼ਨ ਹੀਰੋ ਜ਼ਿਆਦਾਤਰ ਫੇਵਰੇਟ ਹੁੰਦੇ ਆ, ਅਤੇ ਉਹਨਾਂ ਦਿਨਾਂ 'ਚ ਵੀ ਸੀ ਆਰ 'ਚ ਮੈਂ ਧਰਮ ਭਾਜੀ ਦੀਆਂ ਫਿਲਮਾਂ ਦੇਖਦਾ ਸੀ, ਧਰਮਿੰਦਰ, ਸਨੀ ਦਿਓਲ, ਉਹਨਾਂ ਦੀ, ਅਤੇ ਬਾਡੀ ਕਰਕੇ ਮੈਨੂੰ ਸੁਨੀਲ ਸ਼ੈੱਟੀ ਚੰਗਾ ਲੱਗਾ। ਮੈਂ ਮੇਰੇ ਨਾਨਾ ਜੀ ਭਲਵਾਨੀ ਕਰਦੇ ਸੀ, ਅਤੇ ਸਾਨੂੰ ਵੀ ਲੈ ਜਾਂਦੇ ਸੀ ਅਖਾੜੇ, ਅਤੇ ਭਲਵਾਨੀ ਦਾ ਬੜਾ ਸ਼ੌਂਕ ਸੀਗਾ, ਮੈਂ ਬਣ ਨਹੀਂ ਪਾਇਆ, ਕਿਉਂਕਿ ਮਿਹਨਤ ਬੜੀ ਚਾਹੀਦੀ, ਖੁਰਾਕ ਬੜੀ ਚਾਹੀਦੀ, ਪੈਸੇ ਨਹੀਂ ਸੀਗੇ, ਮਿਹਨਤ ਬੜੀ ਕਰਨੀ ਪੈਂਦੀ ਭਲਵਾਨੀ 'ਚ, ਅਤੇ ਬਟ ਮੈਂ ਭਲਵਾਨਾਂ ਨੂੰ ਦੇਖ ਕੇ ਖੁਸ਼ ਬੜਾ ਹੁੰਦਾ ਸੀ, ਅਤੇ ਉਹਨਾਂ ਦਿਨਾਂ 'ਚ ਨਵਾਂ ਨਵਾਂ ਆਇਆ ਸੀ ਸੁਨੀਲ ਸ਼ੈੱਟੀ, ਇੱਦਾਂ ਡੋਲੇ ਮੋਹਰਾ ਮੋਹਰਾ, ਅੰਤ ਫਿਲਮ ਦੇਖੀ, ਮੈਂ ਦੇਖਿਆ ਹਰ ਚਿਕਨ ਦੀ ਦੁਕਾਨ 'ਤੇ ਉਹਦੀ ਫੋਟੋ ਹੁੰਦੀ ਸੀ, ਐਂ ਲੱਗਦਾ ਸੀ ਵੀ ਉਹਨੇ ਮੈਂ ਕਿਹਾ ਚਿਕਨ ਦੀ ਦੁਕਾਨ 'ਤੇ ਸੁਨੀਲ ਸ਼ੈੱਟੀ ਦੀ ਫੋਟੋ ਕੀ ਹੁੰਦੀ ਆ, ਕਿ ਮੁਰਗੀਆਂ ਇਹ ਕਹਿੰਦੀਆਂ ਪੱਕ ਪੱਕ ਪਕਾ ਪੱਕ ਪੱਕ, ਵੀ ਸਾਨੂੰ ਵੱਢਣ ਤੋਂ ਪਹਿਲਾਂ ਨਾ ਇੱਦਾਂ ਦਾ ਬਣਾਓ, ਅਤੇ ਮੈਂ ਉਹ ਚੀਜ਼ਾਂ ਦੇਖਦਾ ਹੁੰਦਾ ਸੀਗਾ, ਅਤੇ ਮੈਨੂੰ ਐਂ ਲੱਗਦਾ ਕਿ ਸੁਨੀਲ ਸ਼ੈੱਟੀ ਸਾਰਿਆਂ ਦਾ ਹੀ ਹੀਰੋ ਹੈ, ਅਤੇ ਉਹ ਬੱਚਾ ਸੀਗਾ ਮੈਂ, ਮੈਨੂੰ ਵੀ ਲੱਗਾ ਕਿ ਯਾਰ ਸਾਰੇ ਫੈਨ ਆ, ਅਤੇ ਮੈਨੂੰ ਵੀ ਇਹਦਾ ਬਣਨਾ ਚਾਹੀਦਾ, ਅਤੇ ਬਾਕੀ ਇਹ ਵੀ ਜਿਹੜੀ ਇਹ ਚੀਜ਼ਾਂ ਜੋੜੀਆਂ ਹੁੰਦੀਆਂ ਨਾ, ਜਿਵੇਂ ਦੋਸਤੀ ਜੋੜੀ ਹੁੰਦੀ ਆ, ਹਸਬੈਂਡ ਵਾਈਫ ਦੀ ਹੁੰਦੀ ਆ, ਅਤੇ ਭੈਣ ਭਰਾ ਦੀ ਹੁੰਦੀ ਆ, ਇੱਦਾਂ ਹੀ ਗੁਰੂ ਚੇਲੇ ਦੀ ਵੀ ਜੋੜੀ ਹੁੰਦੀ ਆ, ਜਿਵੇਂ ਚੇਲਾ ਲੱਭਦਾ ਨਾ ਮੈਨੂੰ ਵਧੀਆ ਉਸਤਾਦ ਮਿਲੇ, ਉਸਤਾਦ ਵੀ ਲੱਭਦਾ ਹੁੰਦਾ ਮੈਨੂੰ ਵਧੀਆ ਚੇਲਾ ਮਿਲੇ, ਅਤੇ ਮੈਨੂੰ ਐਂ ਲੱਗਦਾ ਕਿ ਸਾਡੀ ਉਸਤਾਦ ਚੇਲੇ ਦੀ ਜੋੜੀ ਹੈ। ਵਾਹ ਜੀ ਵਾਹ। ਅੱਛਾ ਸਰ, ਤੁਸੀਂ ਕਾਮੇਡੀ ਤੋਂ ਪਹਿਲਾਂ ਕੀ ਕਰਦੇ ਸੀ? ਕਾਮੇਡੀ ਤੋਂ ਪਹਿਲਾਂ ਕੀ ਕਰਦਾ ਸੀ? ਮੈਂ ਬਸ ਕਾਮੇਡੀ ਤਾਂ ਹਜੇ ਵੀ ਮੈਂ ਉਹੀ ਲੱਭਦਾ ਹੀ ਹਾਂ, ਮੈਂ
करैक्टर लभदा रहना जोक्स लभदा रहना मैनू हाँ शौक सी ड्रॉइंग का पेंटिंग करता हूँ यही तो पढ़न का शौक सगा मतलब अखबारों चुटकुले छोटी छोटिया कॉमिक्सा होंदिया सी पढ़न का बहुत शौक सी तो फिल्म देखने का शौक थी फैन सगा मैं एक मैं तो जो मैं कलाकार होता बड़ा बेकार आदमी होना ही जरा बोर बंदा ना वेला एक नंबर का वेला बंदा वो जो पंजाबी होंगे मैं वो हाँ अच्छा तो पहला कोई बिजनेस भी करते बिजनेस तो मैं वर्ड सुन के ना डर लगन लग जाता बिजनेस क्यों क्योंकि मैं किसी सियाने बंद ने कहा कि जो कलाकार हों इतों सोचता दिलों है ना जो बिजनेस हों इतों कलाकारी होंगी इतों जो तुम कलाकारी इतों सोच लग जाओ ना तो फिर कला माइंड कर जाती है तो वो इस करके बिजनेस आप कलाकार हैं बिजनेसमैन नहीं तो बिजनेस मैं बड़ा माड़ा बिजनेसमैन हाँ मैं अपनी दुकान पर ही जाता ही मेरे डैडी हलवाई दुकान करते ही ना तो मैं खड़ा कर देंगे ही भी चल तू मैं लक सदा करके आया तू खड़ तो मैं खड़ जाता ही तो मैं मैं शौक से कि फिल्म लगी हुई है उत्थे केबल तो मैं देखने लग जाता ही तो उधरों गाह गाना तो मैं कहना हाँ जी पैसे और तेरा डैडी जानते हैं मैं अच्छा जी ए निकल जाते ही कोई कहता ही वो देते डैडी दिते होंगे नहीं तो डैडी ने आना गला चेक करना वो गाह जो बैठे पैसे दे गए मैं वो कहते तेरे डैडी नहीं जानता तो पता था सारे ही जानते सारे पैसा तो मैं वो कह मम्मी घर कहना कहना की करेगा जिंदगी भी ना इन दुकान पर खड़ा करो उत्थे पैसे गाह नहीं दिता जो मैंने कोई समान लैन भेज दे ही तो मैं पैसे भुले आता ही अच्छा जी मैं फई मैंने एक बार पैसे दते उन्होंने कहते भी आ समान आना ही 97 रुपये 350 रुपये मुड़ने ही है ना तो उन्हें गलती ने मैनू 93 रुपये मोड़ते अच्छा उन्हें उल्टा मोड़ते तो मैं ना जाके वापस आया तो मैं यार समान लैके तो पैसे तो इन्ने मुड़ने से मैं वापस गया तो मैं उन्होंने कहा जी अपना आप पैसे तो ज़्यादा देते तो उन्हें देखा भी पहली बार कोई बंदा आया मोड़ कहता यार वेरी गुड तो उन्हें जिन्हें गाह खड़े ही ना कहता यार आ देखो मुंडा कि ईमानदार तो पैसे मोड़न आया कहता कितों तू कितों सीखिया मैं क्या मिठों की फिल्म देखी थी मैं तो उसे जो वापस कर जाता भी ईमानदारी के पैसे रखो बट कई बार मैं अपना बकाया नहीं लैंदा सगा एक बार मैं समान लैन गया ते उदा बकाया मुड़ना सगा ना ते मैं वो खड़ गया आ गया इदा ते मैनू बकाया मंगन च शर्म आई जाए तो मैं खड़ी जावां कहिंदा जा क्यों नहीं मैनू मैनू बेइज्जती फील हो गई मैं चला गया तो घर आया तो कहिंदे बकाया वापस पैसे मैं क्या उन्हें दिते ही नहीं वो मम्मी वापस आई कहिंदे पैसे क्यों कहिंदे मंगे ही नहीं बर्फी वधिया बना लैंदा सी बर्फी समोसे मटरी नहीं हुंदी ओह मैं बहुत वधिया बनांदा सी मटरी च मैदा म्यून पाना ना तो वह वधिया ही बट मैं माड़ा कारीगर इस करके ही क्योंकि मैं समान ज़्यादा खिला दिंदा सगा वधिया पा दिंदा ही ते पैसे घट लैंदा ही तां करके मैं वधिया हलवाई नहीं बन पाया वैसे हुण वी तुसी काफी कॉमेडी च जलेबियां बनांदे हो जलेबियां तो टेढ़ियां होंदियां मैं सीधी सीधी गल करदा बट हाँ वह रसगुल्ले दी जगह हसगुल्ले बेची दे वाह जी वाह अच्छा देखो जसवंत जी तुसी मिमिक्री इन्नी कमाल दी करदे हो एक्टिंग इन्नी कमाल दी करदे हो ठीक है गल्लां इन्नियां वधिया करदे हो तुसी कदे भी लाइफ च सोचिया सी तुहानू कमली कोमल शो ते आन दा मौका मिलू सोचिया सी कदों कल ही सोचिया जदों इन्हां ने कहा इदां शो जाणा मैं कहा अच्छा इस तों पहला कदे नहीं सोचिया ते इन्हां ने फिर मैनूं यूट्यूब ते भेजिया सीगा मैं कहा हाँ ठीक है भी एक मतलब मैं अपना भी कम कमले वाला ही आ ते जिहड़ा कमली वर्ड है ना आपां कहिंदे ना कमलीए आम तौर ते कुड़ियां नूं कह दिंदे आ कमली जी है ना सो मैनू ऐ लगता हर घर च कमली होनी चाहिए है क्योंकि ये गल मैनू पता लगा जो मेरी बेटी हुई अच्छा। कुड़ियां जड़ियां होंदियां ना भी घर च उन्हां करके सब कुछ हुंदा ते मैं भी कई बार कहना है भी पागल के वर्ड है ना पागल तो ऐ गुस्सा कर जांदे आ न्याणे कमली वर्ड जिहड़ा इदां दा ना इह च प्यार है कमली समझ नाल समझ आंदा बट कमली वर्ड उदां दा नहीं है कि हर्ट करन वाला नहीं है तो तुहाडा कमलपुणा इदां ही सलामत रहे थैंक यू सर थैंक यू अच्छा मैं एक होर गल दसा थोनू ये तो कोइंसिडेंस हो गया साढ़े जस्ट पंजाबी टीवी ते जसवंत जी आए हुए जस्ट ते मेरा नाम भी उदो जदों मैं चैनल ते ओ शो जितया सीगा ते मेरा नाम भी जस्ट वन सीगा जस्ट वन वो कहंदे सीगे आ यार राकेश बेदी कहंदे हुंदे सीगे आ यार की हाल है जस्ट वन तेरा नाम यार जसवंत सिंह नहीं तेरा नाम जस्ट वन होना चाहिए जस्ट वन जस्ट वन उदा उल्टा मैं इन्ना कॉन्फिडेंस लै गया ते मैं 1.5 साल कल्ला ही रहा जस्ट वन आहो
ਪੈਸੇ ਵੀ ਨਹੀਂ ਦਿੰਦੇ ਹੁੰਦੇ ਸੀ ਕੁਝ ਮੇਲੇ ਤੇ ਜਾਣਾ ਤੇ ਉਹਨਾਂ ਨੇ ਸ਼ਗਨ ਦੇ ਦੇਣਾ 51 ਰੁਪਏ 1 ਰੁਪਏ ਉੱਪਰ ਰੱਖ ਦੇਣਾ ਸ਼ਗਨ ਹੈ ਭਾਜੀ 101 ਰੁਪਏ ਰੱਖ ਲੈਣਾ। ਅੱਛਾ ਸਰ ਹੁਣ ਤੁਸੀਂ ਸੁਨੀਲ ਸ਼ੈਟੀ ਜੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਕੀ ਸੁਨੇਹਾ ਦੇਣਾ, ਮੈਂ ਤਾਂ ਉਹਨਾਂ ਦਾ ਫੈਨ ਹਾਂ ਤੇ ਬਸ ਸੁਨੇਹਾ ਮੈਂ ਇਹੀ ਦੇਵਣਾ ਚਾਹੂੰਗਾ ਕਿ ਹਮੇਸ਼ਾ ਇੱਦਾਂ ਹੀ ਫਿੱਟ ਰਹਿਣ, ਇੱਦਾਂ ਹਿੱਟ ਰਹਿਣਾ ਤਾਂ ਕਿ ਤੁਹਾਨੂੰ ਦੇਖ ਕੇ ਅਸੀਂ ਲੋਕ ਇੰਸਪਾਇਰ ਹੁੰਦੇ ਰਹੀਏ। ਅਤੇ ਸੁਨੀਲ ਸ਼ੈਟੀ ਸਾਹਿਬ ਪੰਜਾਬ ਨੂੰ ਬੜਾ ਪਿਆਰ ਕਰਦੇ, ਵੀ ਜਦੋਂ ਵੀ ਅਸੀਂ ਪਰਸਨਲ ਮਿਲਦੇ ਹਾਂ, ਮੀਟਿੰਗ ਕਰਦੇ ਹਾਂ, ਅਤੇ ਉਹ ਹਮੇਸ਼ਾ ਪੰਜਾਬ ਦੀ ਗੱਲ ਜ਼ਰੂਰ ਕਰਦੇ ਆ। ਅਤੇ ਆਪਣਾ ਕਈਆਂ ਨੂੰ ਪਤਾ ਨਹੀਂ, ਉਹ ਹਰ ਸਾਲ ਆਪਣਾ ਬਰਥਡੇ ਉਹਨਾਂ ਦਾ ਹੁੰਦਾ 11 ਅਗਸਤ ਨੂੰ, ਉਹ ਦਰਬਾਰ ਸਾਹਿਬ ਮਨਾਉਂਦੇ ਆ ਅੰਮ੍ਰਿਤਸਰ। ਹਾਂ, 2-3 ਦਿਨ ਪਹਿਲਾਂ ਆ ਜਾਂਦੇ ਆ, ਉੱਥੇ ਬੁੱਕ ਕਰਦੇ ਆ ਰੂਮ, ਅਤੇ ਉੱਥੇ ਰਹਿ ਕੇ ਆਪਣਾ ਬਰਥਡੇ ਮਨਾਉਂਦੇ ਆ। ਉਹ ਕਹਿੰਦੇ ਵੀ ਮੈਨੂੰ ਜੋ ਸ਼ਾਂਤੀ ਇੱਥੇ ਮਿਲਦੀ ਕਿਤੇ ਨਹੀਂ ਮਿਲਦੀ। ਸੋ ਦੁਨੀਆ 'ਚ ਕਿਤੇ ਵੀ ਵਧੀਆ ਸੋਚ ਵਾਲਾ ਬੰਦਾ ਆ, ਉਹ ਭਾਵੇਂ ਕੋਈ ਵੀ ਧਰਮ 'ਚ ਪੈਦਾ ਹੋਇਆ ਹੋਵੇ, ਉਹ ਖਾਲਸਾ ਸਿੱਖ ਹੀ ਹੁੰਦਾ। ਸਿੱਖ ਦਾ ਮਤਲਬ ਹਮੇਸ਼ਾ ਸਿੱਖ ਦੇ ਰਹਿਣ ਵਾਲਾ। ਅੱਛਾ ਸਰ, ਹੁਣ ਤੁਸੀਂ ਆਡੀਅੰਸ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਪਰ ਮਿਮਿਕਰੀ ਕਰਕੇ, ਕਿਸੇ ਵੀ ਐਕਟਰ ਦੀ? ਅੱਛਾ, ਮਿਮਿਕਰੀ ਕਰਕੇ, ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਰੀਲ ਪਾਈ ਸੀਗੀ, ਉਹ ਜਿਹੜੇ 7 ਵਜੇ ਖ਼ਬਰਾਂ ਨਹੀਂ ਆਉਂਦੀਆਂ ਜਿਹੜੀ ਪੰਜਾਬੀ ਦੇ ਰਮਨ ਕੁਮਾਰ ਦੀਆਂ। ਹਾਂਜੀ, ਅਤੇ ਉਹਦੇ ਮੈਂ ਦੱਸਦਾ ਨਾ ਉਹ ਜਿਵੇਂ ਕਿੱਦਾਂ ਬੋਲਦੇ ਆ। ਨਮਸਕਾਰ, ਪਹਿਲਾਂ ਛੋਟੀਆਂ ਖ਼ਬਰਾਂ। ਪੰਜਾਬ ਦੇ ਇੱਕ ਸੀਟਾ ਰਾਮ ਨੇ 24 ਘੰਟੇ ਪਾਣੀ ਵਿੱਚ ਰਹਿਣ ਦਾ ਰਿਕਾਰਡ ਕਾਇਮ ਕੀਤਾ। ਕੱਲ੍ਹ ਸਵੇਰੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮੈਸੇਜ ਦੀ ਗੱਲ ਕੀਤੀ ਹੈ, ਮੈਸੇਜ ਤਾਂ ਵਟਸਐਪ ਅਤੇ ਫੇਸਬੁੱਕ ਦੇ ਬੜੇ ਆ ਜਾਂਦੇ ਨੇ, ਗੱਲ ਉਹਨਾਂ ਦੀ ਫੋਲੋ ਕਰਨ ਦੀ ਹੈ। ਬੜਾ ਹੌਲੀ ਬੋਲਿਆ ਸਰ, ਉੱਦਾਂ ਹੀ ਬੋਲਦੇ ਹੁੰਦੇ ਹੌਲੀ ਹੌਲੀ। ਹਾਂ, ਉਹ ਇਦਾਂ ਉਹ ਮਾਈਕ ਲੱਗਾ ਉਹ ਚ ਆ ਜਾਣਾ ਨਾ। ਹਾਂ, ਮੈਨੂੰ ਮਸੀ ਸੁਣਿਆ ਤੇ ਦੇਖੋ, ਜਿਹੜੀਆਂ ਸਿਆਣੀਆਂ ਗੱਲਾਂ ਉਹ ਹਰ ਸਮਝ ਨਹੀਂ ਆਉਂਦੀਆਂ ਫਿਰ। ਸਹੀ ਹੈ, ਬਿਲਕੁਲ ਸਹੀ। ਸਭ ਤੋਂ ਵੱਧ ਕਹਿੰਦੇ ਹੁਣ ਜਿਵੇਂ ਆਪਾਂ ਕਨਵਰਸੇਸ਼ਨ ਕੀਤੀ ਹੈ ਨਾ, ਚਲੋ ਇਹ ਤਾਂ ਹਾਸਾ ਮਜ਼ਾਕ ਹੈ, ਬਟ ਮੈਂ ਕਿਤਾਬ 'ਚ ਪੜ੍ਹਿਆ ਸੀ ਸਭ ਤੋਂ ਜ਼ਿਆਦਾ ਗੱਲਬਾਤ 2 ਮੌਨ ਬੰਦਿਆਂ 'ਚ ਹੁੰਦੀ ਹੈ, ਜਿਹੜੇ ਚੁੱਪ ਰਹਿ ਗਏ। ਜਿਹੜਾ ਤੁਹਾਡਾ ਚੁੱਪ ਰਹਿ ਲੈਂਦਾ ਨਾ, ਉਹੀ ਤੁਹਾਡਾ ਸਾਥੀ ਹੁੰਦਾ। ਬਿਲਕੁਲ ਸਹੀ, ਇਸ ਕਰੇ ਬੜੀ ਸਿਆਣੀ ਗੱਲ ਹੈ, ਗੂੜ ਗਿਆਨ ਦੀ ਗੱਲ ਹੈ। ਚਲੋ ਸਰ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਆਈ ਹੋਪ ਦੁਬਾਰਾ ਮੁਲਾਕਾਤ ਹੋਏਗੀ ਬਹੁਤ ਜਲਦੀ। ਬਹੁਤ ਅੱਛਾ ਲੱਗਾ ਤੁਹਾਡੇ ਨਾਲ, ਤੁਹਾਡੇ ਫਾਦਰ ਮਿਲੇ ਸੀਗੇ, ਬਟ ਉਹ ਐਜ਼ ਏ ਫਾਦਰ ਨੇ ਐਜ਼ ਏ ਡਾਇਰੈਕਟਰ ਤੁਹਾਡੀ ਤਾਰੀਫ ਕਰ ਰਹੇ ਸੀ। ਅੱਛਾ, ਤੇ ਮੈਨੂੰ ਉਹ, ਮੈਂ ਖੁਸ਼ੀ ਦੇਖ ਰਿਹਾ ਸੀ ਕਿ ਬਾਪ ਜਦੋਂ ਆਪਣੀ ਬੇਟੀ ਦੀ ਤਾਰੀਫ ਕਰਦਾ ਵੀ, ਹਾਂ ਨਾ, ਤੇ ਉਹ ਵਾਕਈ ਕਾਬਲੇ ਤਾਰੀਫ। ਮੈਨੂੰ ਐਂ ਲੱਗਾ ਵੀ ਇਹ ਤਾਂ ਹਰ ਡੈਡੀ ਕਰਦਾ ਹੀ ਹੁੰਦਾ ਆਪਣੀ ਕੁੜੀ ਦੀ, ਬਟ ਹੁਣ ਦੇਖ ਕੇ ਲੱਗਾ ਵੀ ਸਹੀ ਕਰ ਰਿਹਾ। ਆਲ ਦੀ ਬੈਸਟ। ਥੈਂਕ ਯੂ ਸਰ, ਗੁੱਡ ਲੱਕ। ਸੋ ਇਹ ਸੀ ਅੱਜ ਸਾਡੇ ਨਾਲ ਜਸਵੰਤ ਸਿੰਘ ਜੀ, ਤੇ ਜਿਨ੍ਹਾਂ ਨਾਲ ਗੱਲਾਂ ਕਰਕੇ ਮੈਨੂੰ ਬਹੁਤ ਮਜ਼ਾ ਆਇਆ। ਆਈ ਹੋਪ ਤੁਸੀਂ ਵੀ ਬਹੁਤ ਇੰਜੋਏ ਕੀਤਾ ਹੋਣਾ। ਹੁਣ ਮੈਂ ਚੱਲਦੀ ਹਾਂ, ਅਗਲੇ ਹਫ਼ਤੇ ਫੇਰ ਮਿਲੂੰਗੀ ਕਿਸੇ ਹੋਰ ਕਮਾਲ ਦੀ ਹਸਤੀ ਨੂੰ ਲੈ ਕੇ। ਤਦ ਤੱਕ ਦੇ ਲਈ ਦੇਖਦੇ ਰਹੋ ਜਸ ਟੀਵੀ ਪੰਜਾਬੀ। ਸਤਿ ਸ਼੍ਰੀ ਅਕਾਲ ਜੀ। ਕਮਲੀ ਕਮਲ ਸ਼ਾਹ।